ਗੁਰੂ ਪਿਆਰੀ ਸਤਸੰਗ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਇਹ ਜੋ ਮਨੁੱਖ ਜਾਮਾ ਮਿਲਿਆ ਹੈ, ਇਹ ਸਾਡੇ ਮਨ ਨੂੰ ਮਿਲਿਆ ਹੈ ਔਰ ਇਹ ਮਨੁੱਖ ਜਾਮਾ ਸਾਡੇ ਮਨ ਨੂੰ ਦੇ ਕੇ ਮਾਲਕ ਨੇ 84 ਲੱਖ ਜੂਨ ਦੇ ਵਿੱਚੋਂ ਸਾਡੇ ਮਨ ਨੂੰ ਇੱਕ ਮੌਕਾ ਦਿੱਤਾ ਹੈ, ਇੱਕ ਚਾਂਸ ਦਿੱਤਾ ਹੈ, ਇੱਕ ਵਾਰੀ ਦਿੱਤੀ ਹੈ ਵੀ ਪੁੱਤ ਕੋਸ਼ਿਸ਼ ਕਰ, ਸਮਝ, ਅਤੇ ਇਹਦੇ ਵਿੱਚ ਤੂੰ ਮੈਨੂੰ ਮਿਲ ਸਕਦਾ, ਇਹਦੇ ਵਿੱਚ ਤੂੰ ਮੈਨੂੰ ਮਿਲ ਸਕਦਾ। ਇਸ ਕਰਕੇ ਇਹ ਜੋ ਮਨੁੱਖ ਜਾਮਾ ਦਿੱਤਾ ਹੈ ਸਾਡੇ ਮਨ ਨੂੰ, ਇਹ ਮਾਲਕ ਨੇ ਦਿੱਤਾ ਹੈ। ਕਿਹਨੇ ਦਿੱਤਾ ਜੀ? ਮਾਲਕ ਨੇ। ਇਸ ਕਰਕੇ ਆਪਾਂ ਬਾਣੀ ਵਿੱਚ ਪੜ੍ਹਦੇ ਹਾਂ ਸਾਰੇ ਜਾਣੇ, ਤੁਮਰੀ ਕਿਰਪਾ 'ਤੇ ਮਾਨੁਖ ਦੇ ਪਾਈ ਹੈ ਦੇਹੋ ਦਰਸ਼ ਹਰ ਰਾਇਆ। ਵੀ ਸੱਚੇ ਪਾਤਸ਼ਾਹ ਤੇਰੀ ਕਿਰਪਾ ਨਾਲ ਮਾਨੁੱਖ ਦੇ ਪਾਈ ਹੈ, ਹੁਣ ਮੈਨੂੰ ਦਰਸ਼ਨ ਦੇ। ਫਿਰ ਇਹ ਵੀ ਦੱਸਿਆ ਕਿ ਜਿਹੜਾ ਇਹ ਸੰਸਾਰ ਰਚਿਆ ਹੈ ਮਾਲਕ ਨੇ, ਇਹ ਇੱਕ ਖੇਡ ਰਚਿਆ ਹੈ, ਆਵਣ ਜਾਣ ਇੱਕ ਖੇਲ ਬਣਾਇਆ, ਆਗਿਆਕਾਰੀ ਕਿੰਨੀ ਪਾਇਆ। ਔਰ ਇਹ ਵੀ ਦੱਸਿਆ ਹੈ ਕਿ ਸੰਸਾਰ ਇੱਕ ਸੁਪਨਾ ਹੈ, ਸੰਸਾਰ ਇੱਕ ਸੁਪਨਾ ਹੈ। ਮਹਾਰਾਜ ਗੁਰਬਾਣੀ ਵਿੱਚ ਦੱਸਦੇ ਨੇ, ਕਹਿੰਦੇ ਜਾ ਕੇ ਸੁਪਨਾ ਬਾਜੀ ਬਣੀ, ਬਾਜੀ ਖੇਲ ਨੂੰ ਕਹਿੰਦੇ ਨੇ। ਇਹ ਸੁਪਨਾ ਇੱਕ ਬਾਜੀ, ਇੱਕ ਖੇਲ ਹੈ, ਇਹ ਸੁਪਨਾ ਚੱਲ ਰਿਹਾ ਹੈ। ਇਹ ਸੁਪਨਾ ਸਵੇਰੇ ਸ਼ੁਰੂ ਹੋਇਆ ਆਪਣਾ, ਕਦੋਂ ਸ਼ੁਰੂ ਹੋਇਆ ਜੀ? ਸਵੇਰੇ ਜਾ ਕੇ ਸੁਪਨਾ ਬਾਜੀ ਬਣੀ, ਖਿਨਵੇਂ ਖੇਲ ਖਿਲਾਏ, ਸਜੋਗੀ ਮਿਲੇ ਏਕ ਸੇ ਵਜੋਗੀ ਉੱਠੀ ਜਾਏ। ਉਹ ਫਿਰ ਦੱਸਦੇ ਨੇ ਆਪਾਂ ਨੂੰ, ਕਹਿੰਦੇ ਵੀ ਤੁਸੀਂ ਇੱਥੇ ਜਦੋਂ ਆਉਂਦੇ ਹੋ, ਜਿਵੇਂ ਹੁਣ ਆਪਾਂ ਆਏ ਹੋਏ ਹਾਂ, ਰਾਤ ਸੌਂ ਗਏ ਸੀ, ਸਵੇਰੇ ਨੀਂਦ ਪੂਰੀ ਹੋਈ, ਆਪਾਂ ਆ ਗਏ। ਕਹਿੰਦੇ ਤੁਸੀਂ ਇੱਥੇ ਆ ਕੇ ਜੱਗ ਨੂੰ ਕਿਵੇਂ ਸਮਝਣਾ ਹੈ? ਉਹ ਫਿਰ ਗੁਰੂ ਮਹਾਰਾਜ ਆਪਾਂ ਨੂੰ ਦੱਸ ਰਹੇ ਨੇ, ਕਹਿੰਦੇ ਜਿਉਂ ਸੁਪਨਾ ਔਰ ਪੇਖਣਾ, ਜਿਉਂ ਸੁਪਨਾ ਔਰ ਪੇਖਣਾ, ਐਸੇ ਜੱਗ ਕੋ ਜਾਣ। ਕਹਿੰਦੇ ਜੱਗ ਨੂੰ ਐਂ ਜਾਣਨਾ ਵੀ ਇੱਥੇ ਸੁਪਨਾ ਸਮਝਣਾ, ਜਿਵੇਂ ਸੁਪਨੇ ਦੇ ਵਿੱਚ ਆਪਾਂ ਨੇ ਮਗਰ ਕੋਈ ਲੱਗਾ ਹੁੰਦਾ ਜਾਂ ਆਪਾਂ ਡਿੱਗਣ ਲੱਗਦੇ ਹਾਂ ਕਿਸੇ ਉੱਚੀ ਜਗ੍ਹਾ ਤੋਂ, ਕੋਈ ਕਿਸੇ ਤਰ੍ਹਾਂ ਦਾ ਵੀ ਲਾ ਲਓ, ਉਹ ਜਦੋਂ ਆਪਣਾ ਸਰੀਰ ਨਾਲ ਸੰਬੰਧ ਹੋ ਜਾਂਦਾ ਤਾਂ ਆਪਾਂ ਫਟਾਫਟ ਕਹਿੰਦੇ ਸ਼ੁਕਰ ਹੈ ਸੁਪਨਾ ਹੀ ਸੀ, ਹੈ ਨਾ? ਸੁਪਨੇ ਵਿੱਚ ਭੈਚ ਹੁੰਦੇ ਆ ਕਈ ਵਾਰੀ, ਅਤੇ ਜਦੋਂ ਇੱਧਰ ਜੁੜ ਜਾਂਦੇ ਹਾਂ ਸਰੀਰ ਨਾਲ, ਫਿਰ ਕਹਿੰਦੇ ਸ਼ੁਕਰ ਹੈ ਸੁਪਨਾ ਜੀ ਕਿ ਸੱਚੀ ਮੁੱਚੀ ਨਹੀਂ ਸੀ, ਹੈ ਨਾ? ਕਹਿੰਦੇ ਇਸੇ ਤਰ੍ਹਾਂ, ਕਹਿੰਦੇ ਤੁਸੀਂ ਜੱਗ ਨੂੰ ਜਾਣਨਾ ਹੈ ਸਵੇਰ ਤੋਂ ਲੈ ਕੇ ਸ਼ਾਮ ਤੱਕ, ਕਿੰਨੇ ਜਾਣਨਾ ਹੈ? ਮਨ ਨੇ। ਕਹਿੰਦੇ ਜਿਉਂ ਸੁਪਨਾ ਔਰ ਪੇਖਣਾ ਐਸੇ ਜੱਗ ਕੋ ਜਾਣ, ਇਨਮੇ ਕਛੂ ਸੱਚੋ ਨਹੀਂ। ਕਹਿੰਦੇ ਇੱਥੇ ਇਹਦੇ ਵਿੱਚ ਕੋਈ ਵੀ ਸੱਚ ਨਹੀਂ, ਨਾਨਕ ਬਿਨ ਭਗਵਾਨ। ਕਹਿੰਦੇ ਬਿਨਾਂ ਭਗਵਾਨ ਤੋਂ ਇੱਥੇ ਕੁਛ ਵੀ ਸੱਚ ਨਹੀਂ ਹੈ। ਅਤੇ ਇਸ ਕਰਕੇ ਮਹਾਰਾਜ ਕਹਿੰਦੇ ਜੱਗ ਰਚਨਾ ਸਭ ਝੂਠ ਹੈ, ਇੱਥੇ ਸੱਚ ਨਹੀਂ, ਇੱਥੇ ਝੂਠ ਹੈ। ਬਹੁ ਗਿਣਤੀ ਲੋਕ ਝੂਠ ਵਿੱਚ ਫਸੇ ਹੋਏ ਨੇ, ਜੋ ਸੰਸਾਰ ਦੀ ਰਚਨਾ ਕੀਤੀ ਗਈ ਇਹ ਝੂਠ ਹੈ, ਅਤੇ ਅਸੀਂ ਉਹਨੂੰ ਮਿਲਣਾ ਜੋ ਸਦੀਵੀ ਸੱਚ ਹੈ, ਜੋ ਸਦੀਵੀ ਸੱਚ ਹੈ, ਜੋ ਆਪਾਂ ਬਾਣੀ ਵਿੱਚ ਪੜ੍ਹਦੇ ਹਾਂ, ਸੱਚ ਸਭਨਾ ਕਾ ਖਸਮ ਹੈ, ਜਿਸ ਬਖਸ਼ੇ ਸੋ ਜਨ ਪਾਏ। ਕਹਿੰਦੇ ਜਿਹਦੇ 'ਤੇ ਉਹ ਕਿਰਪਾ ਕਰਦਾ ਉਹ ਜਨ ਨੂੰ ਪਾ ਲੈਂਦਾ। ਫਿਰ ਕਹਿੰਦੇ ਇਨਮੇ ਕਛੂ ਸੱਚੋ ਨਹੀਂ, ਨਾਨਕ ਬਿਨ ਭਗਵਾਨ, ਨਿਸ ਦਿਨ ਮਾਇਆ ਕਾਰਨੇ ਪ੍ਰਾਣੀ ਡੋਲਤ ਨੀਥ। ਹਰ ਦਿਨ ਮਾਇਆ ਦੇ ਕਾਰਨ ਸਾਡਾ ਮਨ ਜਿਹੜਾ ਹੈ ਉਹ ਡੋਲ ਜਾਂਦਾ ਹੈ, ਥਿਰ ਨਹੀਂ ਰਹਿੰਦਾ। ਅਤੇ ਥਿਰ ਕਦੋਂ ਰਹੇਗਾ? ਜਦੋਂ ਤੁਸੀਂ ਉਹਦੀ ਰਜਾ 'ਚ ਰਹਿਣਾ ਸਿੱਖ ਗਏ, ਜਦੋਂ ਤੁਸੀਂ ਉਹਦੀ ਰਜਾ 'ਚ ਰਹਿਣਾ ਸਿੱਖ ਗਏ। ਅਤੇ ਰਜਾ ਦੇ ਵਿੱਚ ਜਦੋਂ ਤੁਸੀਂ ਰਹਿਣਾ ਸਿੱਖ ਗਏ, ਫਿਰ ਤੁਹਾਡੀਆਂ ਆ ਅਰਦਾਸਾਂ ਜਿਹੜੀਆਂ ਪਹਿਲਾਂ ਕਰਦੇ ਸੀ, ਤੁਹਾਡੀਆਂ ਆ ਮੰਗਾਂ ਜਿਹੜੀਆਂ ਤੁਸੀਂ ਪਹਿਲਾਂ ਮੰਗਦੇ ਸੀ, ਇਹ ਮੰਗੋਗੇ ਨਹੀਂ ਮਾਲਕ ਤੋਂ, ਅਤੇ ਅਰਦਾਸਾਂ ਨਹੀਂ ਕਰੋਗੇ, ਫਿਰ ਕੀ ਕਰੋਗੇ? ਕਿਉਂਕਿ ਸੱਚੇ ਪਾਤਸ਼ਾਹ ਜਿਵੇਂ ਤੈਨੂੰ ਚੰਗਾ ਲੱਗਦਾ ਉਵੇਂ ਕਰ, ਮੈਂ ਜੇ ਤੇਰੀ ਰੁਕਾਵਟ ਵਿੱਚ, ਤੇਰੇ ਕੰਮ ਵਿੱਚ ਕੋਈ ਵਿਘਨ ਪਾਵਾਂਗਾ ਜਾਂ ਤੈਨੂੰ ਮੈਂ ਬੇਨਤੀ ਕਰਾਂਗਾ ਐਂ ਨਹੀਂ ਐਂ ਕਰ, ਹਾਂਜੀ, ਤਾਂ ਇਹ ਉੱਥੇ ਸਮਝ ਲਓ ਵੀ ਮੈਂ ਆ ਗਈ, ਉੱਥੇ ਮੇਰੀ ਮੱਤ ਆ ਗਈ, ਅਤੇ ਮੈਂ ਆਪਦੀ, ਮੈਂ ਮੇਰੀ ਮੱਤ ਥੋੜ੍ਹੀ ਹੈ,
ਮੇਰੀ ਮਤ ਥੋੜ੍ਹੀ ਹੈ ਵੀ ਸੱਚੇ ਪਾਤਸ਼ਾਹ ਮੈਂ ਤਾਂ ਤੇਰੀ ਮਤ ਨਾਲ ਚੱਲਣਾ ਹੈ। ਜੇ ਤੇਰਾ ਜੀ ਕਰਦਾ ਫਸਲ ਬੀਜੀਏ ਮੀਂਹ ਪਾਉਣ ਨੂੰ ਤੂੰ ਮੀਂਹ ਪਾ, ਮੈਂ ਇਹ ਨਹੀਂ ਕਹਾਂਗਾ ਕਿ ਮੈਂ ਫਸਲ ਬੀਜੀਏ ਮਹਾਰਾਜ ਮੀਂਹ ਨਾ ਪਾਏ ਜ਼ਮੀਨ ਕਰੰਟ ਜਾਏਗੀ, ਤੂੰ ਮੀਂਹ ਪਾ। ਇਹ ਤੁਹਾਡੀ ਸੋਚ ਬਦਲੇਗੀ ਹੁਣ। ਅਤੇ ਜੇ ਸੀਮੈਂਟ ਲਾ ਲਿਆ ਹਾਂਜੀ ਅਤੇ ਬਾਰਿਸ਼ ਆ ਗਈ, ਜੇ ਢੱਗਣ ਨੂੰ ਕੋਈ ਸਾਧਨ ਹੈਗਾ ਠੀਕ ਹੈ, ਨਹੀਂ ਤਾਂ ਕਹਿੰਦਾ ਮਹਾਰਾਜ ਜਿਵੇਂ ਤੈਨੂੰ ਚੰਗਾ ਲੱਗਦਾ ਕਰ, ਕੀ ਫਰਕ ਪੈਂਦਾ ਹੈ, ਸਾਰਾ ਕੁਛ ਹੀ ਤੇਰਾ। ਜੇ ਤੂੰ ਦੇ ਦੇਗਾ ਤਾਂ ਵੀ ਠੀਕ ਹੈ, ਜੇ ਤੂੰ ਨਾ ਦੇਗਾ ਫਿਰ ਵੀ ਠੀਕ ਹੈ। ਰੁੱਖੀ ਦੇ ਦੇਗਾ ਖਾਣ ਨੂੰ ਮਿਲ ਜਾਏਗੀ, ਉਹ ਵੀ ਮਹਾਰਾਜ ਤੇਰਾ ਸ਼ੁਕਰ। ਅਤੇ ਜੇ ਥੋੜ੍ਹੀ ਚੋਪੜੀ ਕਿਤੇ ਮਿਲ ਜਾਏ ਤਾਂ ਵੀ ਕਹਿਣਾ ਮਹਾਰਾਜ ਤੇਰਾ ਹੀ ਹੈ। ਹੈ ਨਾ, ਇਸ ਹਿਸਾਬ ਨਾਲ ਤੁਹਾਡਾ ਜੀਵਨ ਫਿਰ ਢਲੇਗਾ। ਫਿਰ ਜੀਵਨ ਜਿਉਣ ਦੀ ਜਿਹੜੀ ਯੁਗਤੀ ਹੈ ਉਹਨੂੰ ਗੁਰਮਤਿ ਜੀਵਨ ਜਾਚ ਕਹਿੰਦੇ ਆ, ਉਹਨੂੰ ਗੁਰਮਤਿ ਜੀਵਨ ਜਾਚ ਕਹਿੰਦੇ ਆ। ਫਿਰ ਤੁਸੀਂ ਉਹ ਪਹਿਲਾਂ ਜਿਨ੍ਹਾਂ ਨਾਲ ਤੁਸੀਂ ਮਿਲਦੇ ਹੋ ਤੁਸੀਂ ਉਹਨਾਂ ਨੂੰ ਉਹੋ ਜਿਹੇ ਹੀ ਲੱਗੋਗੇ ਜਿਹੜੇ ਆਮ ਲੀਵ ਨੇ, ਪਰ ਤੁਸੀਂ ਆਪਣੇ ਆਪ ਵਿੱਚ ਬਦਲੇ ਹੋਏ ਮਹਿਸੂਸ ਕਰੋਗੇ, ਔਰ ਜਿਹੜੇ ਤੁਹਾਡੇ ਨਾਲ ਸੰਗਤ ਕਰਦੇ ਨੇ ਤੁਹਾਡੇ ਸਹਿਯੋਗੀ ਨੇ ਉਹਨਾਂ ਨੂੰ ਵੀ ਤੁਸੀਂ ਬਦਲੇ ਬਦਲੇ ਨਜ਼ਰ ਆਉਂਗੇ। ਹੁਣ ਜਿਸ ਤਰ੍ਹਾਂ ਆਪਣੇ ਸਮਾਗਮ ਸ਼ੁਰੂ ਹੋਇਆ ਅਤੇ ਮੈਨੂੰ ਕੋਈ ਸਤਿਕਾਰਯੋਗ ਮਾਤਾ ਜੀ ਕਹਿਣ ਲੱਗੇ, ਕਹਿੰਦੇ ਜੀ ਪਿਛਲੀ ਵਾਰੀ ਲੋਕ ਘਰਾਂ ਨੂੰ ਦੁੱਧ ਲੈ ਗਏ ਗਲਾਸ 'ਚ ਪਾ ਕੇ, ਖਿਆਲ ਰੱਖਿਓ। ਕੀ ਰੱਖਿਓ ਜੀ? ਖਿਆਲ ਰੱਖਿਓ। ਮੈਂ ਕਿਹਾ ਮਾਤਾ ਜੀ ਭਾਵੇਂ ਸਾਰਾ ਹੀ ਲੈ ਜਾਣ, ਖਿਆਲ ਨਹੀਂ ਰੱਖਣਾ, ਜਿਹਨੂੰ ਲੋੜ ਆ ਉਹ ਲੈ ਗਿਆ, ਨਹੀਂ ਰੱਖਣਾ, ਭਾਵੇਂ ਸਾਰੇ ਹੀ ਸੰਗਤ ਪੀ ਜੇ, ਕਿਸੇ ਨੂੰ ਨਹੀਂ ਰੋਕਿਆ ਜਾਏਗਾ, ਚਾਹੇ ਕੋਈ ਡੋਲੂ ਭਰ ਕੇ ਘਰੇ ਲੈ ਜੇ ਕਿਸੇ ਨੂੰ ਨਹੀਂ ਰੋਕਿਆ ਜਾਏਗਾ, ਕਿਉਂਕਿ ਆਪਣਾ ਕੀ ਹੈ, ਕੁਛ ਵੀ ਨਹੀਂ, ਜਿਹਨੂੰ ਲੋੜ ਸੀ ਉਹ ਲੈ ਗਿਆ। ਇਸ ਕਰਕੇ ਇਸ ਤਰ੍ਹਾਂ ਦੀ ਫਿਰ ਜਦੋਂ ਤੁਸੀਂ ਮਾਲਕ ਨੂੰ ਮਿਲ ਲਓਗੇ, ਮਾਲਕ ਦੇ ਸਨਮੁੱਖ ਹੋਵੋਗੇ, ਤੁਹਾਡੀ ਸੋਚ ਆਪਣੇ ਆਪ ਬਦਲ ਜਾਏਗੀ ਅਤੇ ਤੁਹਾਡੀ ਮੰਗ ਵੀ ਜਿਹੜੀ ਹੈ ਨਾ ਉਹ ਇੱਕੋ ਹੀ ਰਹਿ ਜਾਏਗੀ। ਪਹਿਲੀ ਮੰਗ ਆਪਾਂ ਜਦੋਂ ਪਹਿਲਾਂ ਨਹੀਂ ਸੀ ਗਿਆਨ ਤਾਂ ਉਦੋਂ ਦੁਨਿਆਵੀ ਚੀਜ਼ਾਂ ਮੰਗਦੇ ਸੀ, ਧੀਆਂ ਪੁੱਤ ਮੰਗਦੇ ਸੀ, ਜ਼ਮੀਨਾਂ ਜਾਇਦਾਦਾਂ ਮੰਗਦੇ ਸੀ, ਨੌਕਰੀਆਂ ਮੰਗਦੇ ਸੀ, ਪੈਸਾ ਮੰਗਦੇ ਸੀ, ਘਰ ਮੰਗਦੇ ਸੀ, ਸੋਨਾ ਇਹ ਮੰਗਦੇ ਸੀ। ਅਤੇ ਜਦੋਂ ਭੇਦ ਆਇਆ ਵੀ ਸੱਚੇ ਪਾਤਸ਼ਾਹ ਇਹ ਤਾਂ ਮੈਂ ਝੂਠ ਮੰਗਦਾ, ਇਹ ਤਾਂ ਮੈਂ ਕਾਲ ਤੋਂ ਮੰਗਦਾ, ਕਿਹਦੇ ਤੋਂ ਮੰਗਦਾ, ਕਾਲ ਤੋਂ ਮੰਗਦਾ, ਕਾਲ ਨੌਕਰ ਆ, ਕਾਲ ਕੀ ਆ ਜੀ ਨੌਕਰ ਆ, ਅਤੇ ਮੈਂ ਨੌਕਰ ਤੋਂ ਹੀ ਮੰਗਦਾ ਰਿਹਾ, ਮਾਲਕ ਤੇਰੇ ਤੋਂ ਮੰਗਿਆ ਹੀ ਨਹੀਂ ਕੁਛ। ਨੌਕਰ ਨੂੰ ਗੁਰਬਾਣੀ ਵਿੱਚ ਦਾਸੀ ਕਹਿੰਦੇ ਆ, ਕੀ ਕਹਿੰਦੇ ਜੀ? ਮਹਾਰਾਜ ਨੂੰ ਗੁਰਬਾਣੀ ਵਿੱਚ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਠਾਕੁਰ ਕਹਿੰਦੇ ਆ। ਜਦੋਂ ਅਰਦਾਸ ਵੇਲੇ ਉੱਠਣ ਲੱਗਦੇ ਆ ਕਹਿੰਦੇ ਆ ਤੂੰ ਠਾਕੁਰ ਤੁਮ ਪੇ ਅਰਦਾਸ ਜੀਉ ਪਿੰਡ ਸਭ ਤੇਰੀ ਦਾਸ, ਤੂੰ ਮਾਤ ਪਿਤਾ ਹਮ ਬਾਰਿਸ। ਮਹਾਰਾਜ ਕਹਿੰਦੇ ਠਾਕੁਰ ਛੋੜ ਦਾਸੀ ਕੋ ਸਿਮਰੇ, ਠਾਕੁਰ ਨੂੰ ਛੱਡ ਕੇ ਮਾਲਕ ਨੂੰ ਛੱਡ ਕੇ ਅਸੀਂ ਨੌਕਰਾਣੀ ਤੋਂ ਨੌਕਰ ਤੋਂ ਮੰਗਦੇ ਸੀ, ਦਾਸੀ ਨੌਕਰ ਨੂੰ ਕਹਿੰਦੇ ਆ। ਠਾਕੁਰ ਛੋੜ ਦਾਸੀ ਕੋ ਸਿਮਰੇ ਮਨਮੁੱਖ ਅੰਧ ਅਗਿਆਨਾ, ਹਰ ਕੀ ਭਗਤ ਕਰੇ ਦਿਨ ਨਿੰਦੇ ਨਗੂਰਾ ਪਸ਼ੂ ਸਮਾਨਾ। ਕਹਿੰਦੇ ਤੂੰ ਨਿੰਦਿਆ ਚੁਗਲੀ ਕਰਦਾ ਪਸ਼ੂਆਂ ਦੇ ਸਮਾਨ। ਹੁਣ ਜਦੋਂ ਆਪਾਂ ਨੂੰ ਭੇਤ ਆਇਆ ਵੀ ਸੱਚੇ ਪਾਤਸ਼ਾਹ ਮੈਂ ਤਾਂ ਨੌਕਰ ਤੋਂ ਹੀ ਮੰਗਦਾ ਰਿਹਾ, ਮੈਂ ਕਦੀ ਤੇਰੇ ਤੋਂ ਠਾਕੁਰ ਤੋਂ ਕੁਛ ਮੰਗਿਆ ਹੀ ਨਹੀਂ। ਉਹ ਕਹਿੰਦਾ ਜੇ ਪੁੱਤ ਮੇਰੇ ਕੋਲੋਂ ਮੰਗਣਾ ਤਾਂ ਮੇਰੇ ਕੋਲ ਤਾਂ ਇੱਕੋ ਹੀ ਚੀਜ਼ ਆ, ਦੂਸਰੀ ਚੀਜ਼ ਮੇਰੇ ਕੋਲ ਹੈ ਨਹੀਂ, ਔਰ ਜੋ ਵੀ ਦੂਸਰਾ ਤੁਸੀਂ ਮੰਗਦੇ ਜੇ ਇਹ ਮੈਂ ਪਹਿਲਾਂ ਹੀ ਕਾਲ ਨੂੰ ਸੌਂਪਿਆ ਹੋਇਆ। ਕੀ ਕਾਲ ਨੂੰ ਦਿੱਤਾ? ਜਦੋਂ ਮਾਲਕ ਨੇ ਗੇਮ ਸ਼ੁਰੂ ਕੀਤੀ, ਆਵਣ ਜਾਣ ਇੱਕ ਖੇਲ ਬਣਾਇਆ, ਦਿਵਸ ਰਾਤ ਵਿਦਾਈ ਦਾ ਖੇਲੇ ਸਨ, ਜਦੋਂ ਖੇਲ ਸ਼ੁਰੂ ਕੀਤਾ ਜੋ ਦੁਨੀਆਂ ਦੇ ਉੱਤੇ ਚੀਜ਼ ਦਿਸਦੀ ਹੈ, ਚਾਹੇ ਉਹ ਤਾਰੇ ਦਿਸਦੇ ਨੇ, ਚੰਦਰਮਾ ਦਿਸਦਾ, ਸੂਰਜ ਦਿਸਦਾ, ਆਕਾਸ਼ ਦਿਸਦਾ, ਪਤਾਲ ਦਿਸਦਾ, ਧਰਤੀ ਦਿਸਦੀ ਹੈ, ਦਰਖਤ, ਪਹਾੜ, ਪਾਣੀ, ਜੋ ਦਿਸਦਾ ਹੈ, ਇਹਦਾ ਮੁਖੀ ਮਾਲਕ ਨੇ ਆਪ ਕਾਲ ਨੂੰ ਬਣਾਇਆ, ਕਿਉਂਕਿ ਖੇਡ ਸ਼ੁਰੂ ਕਰਨਾ ਸੀ ਨਾ, ਇਹਨੂੰ ਸਾਰਾ ਕੁਛ ਸੌਂਪ ਦਿੱਤਾ। ਅਤੇ ਕੀ ਕਹਿੰਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਬਾਣੀ ਵਿੱਚ? ਕਹਿੰਦੇ ਖੰਡ ਪਤਾਲ ਦੀਪ ਸਭ ਲੋਆ, ਕਾਲੇ ਕੇ ਬਸ ਆਪ ਪ੍ਰਭ ਕੀਆ।
ਵੀ ਜਿਵੇਂ ਹੁਣ ਆਪਾਂ ਗੇਮ ਬਣਾਈਏ, ਆਪਾਂ ਕਹੀਏ ਤੁਹਾਡੀ ਡਿਊਟੀ ਆ ਜੀ, ਤੁਹਾਡੀ ਆ ਜੀ, ਵੰਡ ਲੈਂਦੇ ਨਾ ਆਪਾਂ। ਇਸੇ ਤਰ੍ਹਾਂ ਮਾਲਕ ਨੇ ਜਦੋਂ ਸੰਸਾਰ ਦਾ ਖੇਲ ਰਚਿਆ ਅਤੇ ਡਿਊਟੀਆਂ ਲਾਈਆਂ ਅਤੇ ਕਾਲ ਨੂੰ ਕਹਿਤਾ ਵੀ ਆਹ ਇਲਾਕਾ ਤੈਨੂੰ ਦਿੱਤਾ, ਜੋ ਦੁਨੀਆਂ 'ਤੇ ਦਿਸਦਾ, ਧੀ ਦਿਸਦੀ, ਪੁੱਤ ਦਿਸਦਾ, ਕੱਪੜਾ ਦਿਸਦਾ, ਸਰੀਰ ਦਿਸਦਾ, ਜੋ ਦਿਸਦਾ, ਘਰ ਦਿਸਦਾ, ਗੱਡੀ ਦਿਸਦੀ, ਜੋ ਦਿਸਦਾ, ਇਹਦਾ ਮੁਖੀ ਕਾਲ। ਜਿਹੜਾ ਦਿਸਦੀ ਹੈ ਮਾਇਆ, ਇਹ ਦ੍ਰਿਸ਼ਮਨ ਮਾਇਆ, ਇਹ ਸ਼ੁਰੂ ਕਿੱਥੋਂ ਹੁੰਦੀ ਹੈ? ਮੇਰੇ ਲਈ ਸ਼ੁਰੂ ਹੋਏਗੀ ਮੇਰੇ ਖੁਦ ਹੈ ਚੰਮ ਦੇ ਸਰੀਰ ਤੋਂ। ਮੈਂ ਸਰੀਰ ਨਹੀਂ ਹਾਂ, ਤੁਸੀਂ ਵੀ ਸਰੀਰ ਨਹੀਂ ਹੋ। ਇਹ ਸਰੀਰ ਕੋਈ ਸਮੇਂ ਲਈ ਮਿਲਿਆ। ਤੁਸੀਂ ਇੱਕ ਲਾਈਟ ਹੋ, ਤੁਸੀਂ ਇੱਕ ਚਾਨਣ ਹੋ, ਤੁਸੀਂ ਇੱਕ ਜੋਤ ਸਰੂਪ ਹੋ। ਮਨ ਤੂੰ ਜੋਤ ਸਰੂਪ ਹੈ, ਤੁਸੀਂ ਇੱਕ ਮਨ ਹੋ। ਮਨ ਲਾਈਟ ਆ, ਮਨ ਇੱਕ ਚਾਨਣ। ਸਭ ਮੈਂ ਜੋ ਜੋਤ ਹੈ ਸੋਏ ਤਿਸਦੇ ਚਾਨਣ, ਸਭ ਮੈਂ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ। ਹੁਣ ਦੱਸ ਦਿੱਤਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਗੁਰੂ ਨੇ ਕਿ ਜੋ ਵੀ ਇੱਥੇ ਦ੍ਰਿਸ਼ਮਨ ਮਾਇਆ ਹੈ, ਇਹ ਆਪਾਂ ਆਪਦੇ ਸਰੀਰ ਤੋਂ ਸਮਝਣੀ ਵੀ ਇੱਥੋਂ ਸ਼ੁਰੂ ਹੁੰਦੀ ਹੈ। ਇਹ ਦ੍ਰਿਸ਼ਮਨ ਮਾਇਆ ਦਾ ਜਿਹੜਾ ਮੁੱਢ ਹੈ, ਮੁੱਢ ਮੀਨਸ ਮੂਲ ਹੈ, ਉਹ ਸਾਡਾ ਸਰੀਰ ਹੈ। ਮਹਾਰਾਜ ਕੀ ਕਹਿੰਦੇ ਗੁਰਬਾਣੀ ਵਿੱਚ? ਕਹਿੰਦੇ ਇਹ ਸਰੀਰ ਸਭ ਮੂਲ ਹੈ ਮਾਇਆ, ਇਹ ਸਰੀਰ ਸਭ ਮੂਲ ਹੈ ਮਾਇਆ, ਦੂਜੇ ਭਾਏ ਭਰਮ ਭੁਲਾਇਆ। ਇਹ ਸਾਨੂੰ ਭਰਮ ਵਿੱਚ ਪਾ ਦਿੱਤਾ ਗਿਆ ਵੀ ਤੁਸੀਂ ਆਪਦੇ ਆਪ ਨੂੰ ਸਰੀਰ ਸਮਝੋ, ਲੇਕਿਨ ਆਪਾਂ ਸਰੀਰ ਨਹੀਂ ਹਾਂ, ਇਹ ਭਰਮ ਵਿੱਚ ਪੈ ਗਿਆ। ਆਪਾਂ ਸਰੀਰ ਸਮਝਣ ਲੱਗ ਗਏ। ਸਰੀਰ ਦੇਖੋ, ਜੋ ਆਇਆ ਸੋ ਚੱਲ ਸੀ, ਉਹ ਸਰੀਰ ਛੱਡ ਕੇ ਚਲਾ ਜਾਂਦਾ। ਜਿਹੜਾ ਸਰੀਰ ਛੱਡ ਕੇ ਗਿਆ, ਉਹ ਸਰੀਰ ਤਾਂ ਲੈ ਕੇ ਗਿਆ ਹੀ ਨਹੀਂ, ਹੈ ਨਾ। ਲੇਕਿਨ ਆਇਆ ਸਰੀਰ ਨਾਲ ਸੀ, ਲੇਕਿਨ ਗਿਆ ਨਹੀਂ ਨਾਲ। ਉਹ ਵੀ ਗੁਰਬਾਣੀ ਦੇ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਨੇ ਦੱਸਿਆ, ਕਹਿੰਦੇ ਜਾਗ ਲੇ ਰੇ ਮਨਾ, ਜਾਗ ਲੇ ਕਹਾਂ ਗਾਫਲ ਸੋਇਆ, ਜੋ ਤਨ ਉਪਜਿਆ ਸੰਗ ਹੀ ਸੋ ਪੀ ਸੰਗ ਨਾ ਹੋਆ। ਜਿਹੜਾ ਤਨ ਨਾਲ ਆਇਆ ਸੀ ਮਨ ਦੇ ਜਨਮ ਵੇਲੇ, ਇਹ ਸਰੀਰ ਮਿਲਿਆ ਸੀ, ਜਦੋਂ ਜਾਣ ਲੱਗ ਮਨ ਨੂੰ ਬੁਲਾਇਆ ਗਿਆ ਵਾਪਸ, ਤਾਂ ਇਹ ਤਨ ਨਹੀਂ ਗਿਆ। ਕੌਣ ਗਿਆ? ਮਨ ਨੂੰ ਬੁਲਾਇਆ ਗਿਆ, ਮਨ ਨੂੰ ਭੇਜਿਆ ਗਿਆ ਸੀ ਇਹ ਸਰੀਰ ਵਿੱਚ ਕੁਝ ਸਮੇਂ ਲਈ ਸਵਾਸ ਦੇ ਕੇ, ਸਵਾਸਾਂ ਦੇ ਪੂੰਜੀ ਦੇ ਕੇ ਅਤੇ ਸਮਾਂ ਦੇ ਕੇ। ਜਦੋਂ ਸਵਾਸਾਂ ਦੀ ਪੂੰਜੀ ਦੇ ਸਮਾਂ ਖਤਮ ਹੋਇਆ, ਵਾਰੀ ਆਪੋ ਆਪਣੀ, ਸਾਰਿਆਂ ਨੇ ਸਰੀਰ ਛੱਡਿਆ। ਰਾਮ ਗਿਓ ਰਾਵਣ ਗਿਓ, ਰਾਮ ਵੀ ਗਿਆ ਰਾਵਣ ਵੀ ਗਿਆ, ਬਹੁਤ ਗੁਰਮੁਖ ਗਏ। ਆਪਾਂ ਵੀ ਇੱਕ ਦਿਨ ਜਾਣਾ ਹੈ ਅਤੇ ਇੱਥੇ ਕਿਵੇਂ ਰਹਿਣਾ? ਕਹਿੰਦੇ ਜਿਉਂ ਸੁਪਨਾ ਔਰ ਪੇਖਣਾ, ਸੁਪਨਾ ਜਿਵੇਂ ਵੇਖਦੇ ਹਾਂ, ਐਸੇ ਐਸੇ ਜੱਗ ਕੋ ਜਾਂ ਇਸ ਤਰ੍ਹਾਂ ਜੱਗ ਨੂੰ ਆਪਾਂ ਸਮਝਣਾ ਵੀ ਮੈਂ ਇਹ ਜੱਗ ਸੁਪਨਾ ਦੇਖ ਰਿਹਾ ਅਤੇ ਪਤਾ ਨਹੀਂ ਕਦੋਂ ਸੁਪਨਾ ਖੁੱਲ੍ਹ ਜੇ, ਅੱਖ ਖੁੱਲ੍ਹ ਜੇ, ਹੈ ਨਾ। ਅਤੇ ਇੱਧਰੋਂ ਉਹ ਕਦੋਂ ਖੁੱਲ੍ਹੇਗਾ? ਜਾਂ ਤਾਂ ਆਪਾਂ ਸਰੀਰ ਵਿੱਚ ਰਹਿੰਦੇ ਹੋਏ ਹਾਂ, ਸਰੀਰ ਛੱਡਣ ਤੋਂ ਪਹਿਲਾਂ ਸਾਡਾ ਮਨ ਜਾਗ ਪਏ, ਹਾਂਜੀ। ਅਤੇ ਮਨ ਉਹਦਾ ਜਾਗਦਾ ਸਰੀਰ ਛੱਡਣ ਤੋਂ ਪਹਿਲਾਂ ਜਿਹਦਾ ਮਨ ਮਾਲਕ ਆਪ ਜਗਾਉਂਦਾ। ਅਤੇ ਜਦੋਂ ਮਨ ਨੂੰ ਜਗਾਉਂਦਾ ਮਾਲਕ, ਉਦੋਂ ਰਸ ਦਿੰਦਾ, ਅੰਮ੍ਰਿਤ ਰਸ, ਨਾਮ ਰਸ, ਹਰ ਰਸ, ਆਤਮਕ ਰਸ, ਬ੍ਰਹਮ ਰਸ। ਅਤੇ ਉਦੋਂ ਉਹਨੂੰ ਇਹ ਖੇਲ ਦੀ ਸਮਝ ਲੱਗਦੀ ਹੈ, ਅਕਥ ਕਹਾਣੀ ਦੀ ਸਮਝ ਲੱਗਦੀ ਹੈ। ਉਹ ਫਿਰ ਮਾਲਕ ਜਗਾਉਂਦਾ, ਕਹਿੰਦੇ ਜਿਸੇ ਜਗਾਏ, ਜਿਸੇ ਜਗਾਏ, ਮਾਲਕ ਜਗਾਏ ਕਿਹਨੂੰ? ਮਨ ਨੂੰ। ਜਿਸੇ ਜਗਾਏ ਪਿਆਵੈ ਇਹ ਰਸ, ਅਕਥ ਕਥਾ ਤਿੰਨ ਜਨ। ਅਤੇ ਜੇ ਆਪਾਂ ਪਿਆਰ ਕਰਾਂਗੇ ਉਹ ਜ਼ਰੂਰ ਜਗਾਏਗਾ, ਜੇ ਰੱਬ ਨੂੰ ਪਿਆਰ ਕਰਾਂਗੇ ਅਤੇ ਉਹਨੂੰ ਪਿਆਰ ਨਾਲ ਬੋਲਾਂਗੇ ਵਾਹ ਗੁਰੂ ਵਾਹ ਗੁਰੂ, ਤਾਂ ਉਹ ਜ਼ਰੂਰ ਜਗਾਏਗਾ। ਨਹੀਂ ਤਾਂ ਫਿਰ ਅੰਤਮ ਸਮੇਂ ਜੰਮ ਜਗਾਉਣਗੇ, ਅੰਤਮ ਸਮੇਂ ਸੁੱਤੇ ਪਏ ਨੂੰ ਜੰਮ ਸਿਖਾਉਣਗੇ। ਕੀ ਕਹਿੰਦੇ ਮਹਾਰਾਜ? ਕਹਿੰਦੇ ਜੰਮ ਕਾ ਡੰਡ ਪਰਿਓ ਸਿਰ ਉੱਪਰ। ਅਚਾਨਕ ਜਦੋਂ ਸਮਾਂ ਆ ਗਿਆ, ਪਤਾ ਹੀ ਨਹੀਂ ਲੱਗਦਾ, ਆਪਾਂ ਕਹਿੰਦੇ ਬੰਦਾ ਚੰਗਾ ਭਲਾ ਤੁਰਿਆ ਫਿਰ। ਕਹਿੰਦੇ ਜੰਮ ਕਾ ਡੰਡ ਪਰਿਓ ਸਿਰ ਉੱਪਰ, ਤਬ ਸੋਭਤ ਤੇ ਜਾਗਿਓ। ਕਹਿੰਦੇ ਉਹ ਸੁੱਤਾ ਪਿਆ ਸੀ, ਵਿਚਾਰਾਂ 'ਚ ਜਾਗ ਗਿਆ ਵੀ ਮੈਂ ਕਿੱਥੇ ਆ ਗਿਆ, ਹੈਰਾਨ ਹੋ ਗਿਆ। ਜਿਵੇਂ ਇੱਕ ਬੰਦਾ ਖੜਾ ਅਤੇ ਮਗਰੋਂ ਕੋਈ ਬੱਚਾ ਆ ਕੇ ਕਹੇ ਠੱਪ, ਤੋ ਤਰਹਿਕ ਜਾਂਦਾ, ਉਹ ਤੌਰ ਪੋਰ ਹੋ ਜਾਂਦਾ, ਵੀ ਕੀ ਹੋ ਗਿਆ, ਹੈ ਨਾ, ਹਿੱਲ ਜਾਂਦਾ ਇੱਕ ਵਾਰੀ। ਇਸੇ ਤਰ੍ਹਾਂ ਜਦੋਂ ਜੰਮ ਜਗਾਉਂਦੇ ਨੇ ਆ ਕੇ ਅਤੇ ਉਹ ਤੌਰ ਪੋਰ ਹੋ ਜਾਂਦਾ, ਇੱਧਰੋਂ ਨਾਤਾ ਟੁੱਟ ਜਾਂਦਾ, ਉੱਧਰ ਯਾਦ ਆ ਜਾਂਦਾ, ਉਹ ਜਾਗ ਜਾਂਦਾ। ਕਹਿੰਦੇ ਜੰਮ ਕੋ ਡੰਡ ਪਰਿਓ ਸਿਰ ਉੱਪਰ, ਤਬ ਸੋਭਤ ਤੇ ਜਾਗਿਓ ਕਹਾਂ ਹੋਤ। ਕਹਿੰਦੇ ਮੈਂ ਕਿੱਥੇ ਆ ਗਿਆ, ਆਪ ਕੇ ਪਛਤਾਏ ਛੁੱਟਤ ਨਾਹੀਂ ਨ ਭਾਗਿਓ। ਕਹਿੰਦੇ ਹੁਣ ਪਛਤਾਵਾ ਕਰਨ ਦੀ ਲੋੜ ਨਹੀਂ, ਹੁਣ ਤੂੰ ਭੱਜ ਨਹੀਂ ਸਕਦਾ, ਕਿਉਂਕਿ ਜੰਮਾਂ ਨੇ ਜਗਾ ਲਿਆ ਅਤੇ ਉਹਨਾਂ ਨੇ ਫੜਨਾ ਹੁੰਦਾ। ਹੁਣ ਗੁਰਮੁਖ ਪਿਆਰਿਓ, ਆਪਾਂ ਚਾਹੁੰਦੇ ਹਾਂ ਕਿ ਸਾਡਾ ਜਿਹੜਾ ਮਨ ਹੈ
ਉਹ ਪਹਿਲਾਂ ਹੀ ਜਾਗ ਜੇ, ਹੈ ਨਾ। ਤਾਂ ਹੀ ਗੁਰੂ ਮਹਾਰਾਜ ਨੇ ਵਾਰ ਵਾਰ ਕਿਹਾ ਨਾ, ਜਾਗ ਲੇ ਰੇ ਮਨਾ, ਜਾਗ ਲੇ ਕਹਾਂ ਗਾਫਲ ਸੋਇਆ। ਗਾਫਲ ਕਹਿੰਦੇ ਨੇ ਲਾਪਰਵਾਹ ਨੂੰ, ਕਹਿੰਦੇ ਕਿੱਥੇ ਲਾਪਰਵਾਹ ਹੋ ਕੇ ਸੁੱਤਾ ਪਿਆ, ਮਨਾ ਜਾਗ, ਤੂੰ ਜਾਗ ਆਪਦੇ ਪਿਤਾ ਨੂੰ ਪਛਾਣ, ਤੂੰ ਜਾਗ ਆਪਦੇ ਪਿਤਾ ਦੀ ਆਵਾਜ਼ ਨੂੰ ਸੁਣ, ਤੂੰ ਜਾਗ ਆਪਦੇ ਪਿਤਾ, ਜਿਹੜਾ ਤੇਰਾ ਪਿਤਾ ਹੈ ਤੈਨੂੰ ਖੁਰਾਕ ਭੇਜ ਰਿਹਾ ਅੰਮ੍ਰਿਤ ਰਸ ਨਾਮ ਰਸ, ਉਹ ਲੈ। ਮਨ ਕਾ ਤੋਸਾ ਹਰ ਨਾਮ ਹੈ, ਤੋਸਾ ਭੋਜਨ ਨੂੰ ਕਹਿੰਦੇ, ਮਨ ਦੀ ਖੁਰਾਕ, ਮਨ ਦਾ ਤੋਸਾ ਮਾਲਕ ਦਾ ਨਾਮ ਹੈ। ਜੈ ਮਾਰ ਕੇ ਗਣ ਜਾਏ ਨਾ ਤੋਸਾ, ਹਰ ਕਾ ਨਾਮ ਊਹਾਂ ਸੰਗ ਤੋਸਾ। ਮਾਲਕ ਦਾ ਨਾਮ ਹੀ ਭੋਜਨ ਹੈ, ਅੰਮ੍ਰਿਤ ਰਸ ਹੈ, ਨਾਮ ਰਸ ਹੈ, ਹਰ ਰਸ ਹੈ, ਆਤਮਕ ਰਸ ਹੈ, ਬ੍ਰਹਮ ਰਸ ਹੈ, ਵੀ ਉਹ ਮਨ ਜਿਹੜਾ ਹੈ ਉਹ ਖੁਰਾਕ ਲਵੇਗਾ। ਹੁਣ ਗੁਰਮੁਖ ਪਿਆਰਿਓ, ਇੱਥੇ ਆਪਾਂ ਇਸ ਤਰੀਕੇ ਦੇ ਨਾਲ ਜਿਉਣਾ। ਹੁਣ ਕਾਲ ਨੂੰ ਸਾਰਾ ਕੁਛ ਸੌਂਪ ਦਿੱਤਾ, ਅਤੇ ਇੱਕ ਦ੍ਰਿਸ਼ਮਾਨ ਸੌਂਪ ਦਿੱਤਾ, ਜੋ ਦੁਨੀਆ 'ਤੇ ਚੰਦ ਤਾਰੇ ਆਕਾਸ਼ ਪਤਾਲ ਦਿਸਦਾ, ਇਹਦਾ ਮੁਖੀ ਕਾਲ ਹੈ। ਦੂਸਰਾ ਇਹਨੂੰ ਸਰਕਾਰ ਦੇ ਦਿੱਤੀ ਸੂਖਮ ਮਾਇਆ, ਕੀ ਦੇ ਦਿੱਤੀ ਜੀ? ਸੂਖਮ ਮਾਇਆ। ਸੂਖਮ ਮਾਇਆ ਕਿਹੜੀ ਹੈ? ਜਿਹੜੀ ਦਿਸਦੀ ਨਹੀਂ ਪਰ ਹੈਗੀ ਹੈ, ਰਜੋਗੁਣ ਤਮੋਗੁਣ ਅਤੇ ਸਤੋਗੁਣ, ਇਹ ਸੂਖਮ ਮਾਇਆ। ਮਹਾਰਾਜ ਕਹਿੰਦੇ ਰਜਗੁਣ ਤਮਗੁਣ ਸਤਗੁਣ, ਇਹ ਕਹੀਏ ਤੇਰੀ ਸਭ ਮਾਇਆ। ਇਹ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕਿਹਾ, ਕਹਿੰਦੇ ਪੌਣ ਪਾਣੀ ਅਗਨੀ ਤਿੰਨ ਕੀਆ, ਪੌਣ ਪਾਣੀ ਅਗਨੀ ਤਿੰਨ ਕੀਆ, ਬ੍ਰਹਮਾ ਵਿਸ਼ਨ ਮਹੇਸ਼ ਅਕਾਰਾ। ਇਹਨਾਂ ਤੋਂ ਪੌਣ ਪਾਣੀ ਅੱਗ ਤੋਂ ਆਕਾਰ ਅੱਗੇ ਸ਼ੁਰੂ ਹੋਏ। ਹੁਣ ਗੁਰਮੁਖ ਪਿਆਰਿਓ, ਇੱਕ ਦ੍ਰਿਸ਼ਮਨ ਮਾਇਆ, ਇੱਕ ਸੂਖਮ ਮਾਇਆ। ਸੂਖਮ ਮਾਇਆ ਦੇ ਵਿੱਚ ਰਜੋਗੁਣ ਦੇ ਵਿੱਚ ਕਿਸ ਤਰ੍ਹਾਂ ਦੇ ਖਿਆਲ ਆਉਂਦੇ ਨੇ? ਕਾਰੋਬਾਰੀ ਕਿਸ ਤਰ੍ਹਾਂ ਦੇ ਖਿਆਲ ਆਉਂਦੇ ਨੇ? ਦਿਸਦੇ ਨਹੀਂ, ਸੋਚਦੇ ਹਾਂ ਵੀ ਅੱਜ ਕੀ ਜ਼ਮੀਨ 'ਚੋਂ ਝਾੜ ਵੱਧ ਆ ਜਾਏ, ਚਾਰ ਪੈਸੇ ਵੱਧ ਆ ਜਾਣ, ਉਹ ਦਿਸਿਆ ਨਹੀਂ, ਸੋਚ ਬਣ ਗਈ। ਐਜ ਕੀ ਚਾਰ ਪੈਸੇ ਕਾਰੋਬਾਰ 'ਚੋਂ ਜ਼ਿਆਦਾ ਆ ਜਾਣ, ਦਿਸੀ ਨਹੀਂ ਉਹ ਸੋਚ, ਲੇਕਿਨ ਬਣੀ ਆ ਉਹ, ਜਿਹੜੀ ਬਣੀ ਆ ਸੋਚ, ਦਿਸੀ ਨਹੀਂ, ਉਹਨੂੰ ਸੂਖਮ ਕਹਿੰਦੇ ਆ। ਉਹਨੂੰ ਕੀ ਕਹਿੰਦੇ ਆ? ਸੂਖਮ। ਇਹ ਰਜੋਗੁਣ ਵਿੱਚ ਆਉਂਦਾ ਆਸ਼ਾ, ਅਭਿਲਾਸ਼ਾ, ਤ੍ਰਿਸ਼ਨਾ, ਘਰ ਗ੍ਰਿਸ਼, ਆਰਥਿਕ ਪੱਖ ਅਤੇ ਫਿਕਰ ਸੈਂਸੇ, ਇਹ ਦ੍ਰਿਸ਼ਮਾਨ ਦੀ ਨਹੀਂ, ਇਹ ਸੂਖਮ ਹੈ, ਇਹਨੂੰ ਰਜੋਗੁਣ ਕਹਿੰਦੇ ਆ। ਇੱਕ ਹੈ ਤਮੋਗੁਣ। ਤਮੋਗੁਣ ਦੇ ਵਿੱਚ ਜਿਵੇਂ ਉਹ ਵਿਚਾਰ ਲੈਂਦੇ ਆਪਾਂ ਵੀ ਤਰੱਕੀ ਹੋ ਜਾਏ, ਆਰਥਿਕ ਪੱਖ ਤੋਂ ਮਜ਼ਬੂਤ ਹੋ ਜਾਈਏ, ਇਸੇ ਤਰ੍ਹਾਂ ਇਧਰਲੇ ਪਾਸੇ ਵਿਚਾਰ ਮੰਨ ਲੈਂਦਾ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਚੁਗਲੀ ਨਿੰਦਿਆ, ਈਰਖਾ, ਦ੍ਵੈਤ ਭਾਵਨਾ, ਨਫ਼ਰਤ, ਇਸ ਤਰ੍ਹਾਂ ਦੇ ਵਿਚਾਰ ਲੈਂਦਾ, ਪਰ ਇਹ ਦਿਸਦੇ ਨਹੀਂ, ਦਿਸਦੇ ਨਹੀਂ, ਇਹ ਜੇ ਨਹੀਂ ਦਿਸਦੇ ਇਹਨੂੰ ਸੂਖਮ ਕਹਿੰਦੇ ਆ। ਇਹਨੂੰ ਅੱਗੇ ਹੈ ਸਤੋਗੁਣ। ਸਤੋਗੁਣ ਦੇ ਵਿੱਚ ਵਿਚਾਰ, ਅੱਛੇ ਵਿਚਾਰ ਆਉਂਦੇ ਨੇ, ਜਿਵੇਂ ਸਬਰ, ਸੰਤੋਖ, ਸਹਿਣਸ਼ੀਲਤਾ, ਜਾਸਤ, ਨਿਮਰਤਾ, ਦਇਆ, ਖਿਮਾ ਕਰ ਦੇਣਾ, ਕਿਸੇ ਨੂੰ ਮਾਫ਼ ਕਰ ਦੇਣਾ, ਇਸ ਤਰ੍ਹਾਂ ਦੇ ਖਿਆਲ ਆਉਂਦੇ ਆ। ਹੈ ਇਹ ਵੀ ਦਿਸਦੇ ਨਹੀਂ, ਇਹ ਵੀ ਮਾਇਆ ਦੇ ਵਿੱਚ ਆਉਂਦੇ ਨੇ, ਪਰ ਇਹ ਚੰਗਾ ਕਦਮ ਆ, ਇੱਕ ਪਹਿਲਾ ਸਟੈਪ ਆ ਮਾਲਕ ਨੂੰ ਮਿਲਣ ਵਾਸਤੇ। ਇਹ ਸੰਤਾਂ ਦਾ ਮਾਰਗ ਹੈ, ਸੰਤ ਕਾ ਮਾਰਗ, ਧਰਮ ਕੀ ਪੌੜੀ, ਕੋਵਿਡ ਭਾਗੀ ਪਾਏ। ਹੁਣ ਗੁਰਮੁਖ ਪਿਆਰਿਓ, ਇਹ ਸਰਕਾਰ ਹੈ, ਇਹ ਸਰਕਾਰ ਜਿਹੜੀ ਹੈ ਅਕਾਲ ਪੁਰਖ ਵਾਹਿਗੁਰੂ ਜੀ ਨੇ, ਇਹ ਸਰਕਾਰ ਦਾ ਜਿਹੜਾ ਮੁਖੀ ਹੈ ਉਹ ਕਾਲ ਹੈ। ਮਹਾਰਾਜ ਕਹਿੰਦੇ ਤ੍ਰੈ ਗੁਣ ਕਾਲੇ ਕੀ ਸਰਕਾਰਾ, ਤ੍ਰੈ ਗੁਣ ਕਾਲ ਦੀ ਸਰਕਾਰ ਹੈ। ਇੱਕ ਸਰਕਾਰ ਹੋਰ ਹੈ, ਉਹ ਧਰਮ ਰਾਏ ਦੇ ਅੰਡਰ ਆ, ਉਹਦਾ ਮੁਖੀ ਕੌਣ ਆ ਜੀ? ਧਰਮ ਰਾਏ। ਮਹਾਰਾਜ ਗੁਰਬਾਣੀ ਦੱਸਦੇ ਨੇ, ਕਹਿੰਦੇ ਧਰਮ ਰਾਏ ਨੂੰ ਹੁਕਮ ਹੈ, ਬੈ ਸੱਚਾ ਧਰਮ ਵਿਚਾਰ, ਦੂਜੇ ਪਾਏ ਦੁਸ਼ਟ ਆਤਮਾ, ਉਹ ਤੇਰੀ ਸਰਕਾਰ। ਇਹ ਦੋ ਹੋ ਗਈਆਂ ਜੀ। ਤੀਸਰੀ ਸਰਕਾਰ ਹੋਰ ਜਿਹਨੂੰ ਆਪਾਂ ਸਾਰੇ ਭੁੱਲ ਗਏ, ਉਹ ਅਕਾਲ ਪੁਰਖ ਵਾਹਿਗੁਰੂ, ਜਿਹਨੇ ਸਰੀਰ ਬਣਾਇਆ, ਜਿਹਨੇ ਇਸ ਪਿੰਡ ਨੂੰ ਬਣਾਇਆ, ਜਿਹਨੇ ਅੱਖਾਂ ਬਣਾਈਆਂ, ਨੱਕ ਬਣਾਇਆ, ਹਾਂਜੀ, ਵਾਲ ਬਣਾਏ, ਚਮੜੀ ਬਣਾਈ, ਹਾਂਜੀ, ਹੱਡੀਆਂ ਬਣਾਈਆਂ, ਕੀ ਕੁਛ ਬਣਾਇਆ, ਉਹ ਮਾਲਕ ਨੂੰ ਅਸੀਂ ਭੁੱਲ ਗਏ। ਔਰ ਜਿਹੜਾ ਸਾਨੂੰ ਇਹ ਬਣਾ ਕੇ ਇਹਦੇ ਵਿੱਚ ਮਨ ਨੂੰ ਭੇਜ ਕੇ ਸਾਹ ਦੇ ਕੇ ਪਰਿਵਾਰ 'ਚ ਆਪਣਾ ਮੋਹ ਪੈਂਦਾ, ਜੇ ਸਾਹ ਦੇ ਰਿਹਾ ਤਾਂ ਪਰਿਵਾਰ ਨਾਲ ਆਪਣਾ ਲਿੰਕ ਹੈਗਾ, ਜੇ ਸਵਾਸ ਦੇਣਾ ਬੰਦ ਕਰਤਾ ਲਿੰਕ ਟੁੱਟ ਗਏ, ਸਰੀਰ ਛੱਡ ਗਿਆ, ਫਿਰ ਅੱਗੇ ਜਿਹਦੇ ਨਾਲ ਲਿੰਕ ਬਣੇਗਾ, ਕਿਸੇ ਗਰਭ ਦੇ ਰਾਹੀਂ ਗਾਂ ਜਨਮ ਹੋਏਗਾ, ਹੈ ਨਾ। ਹੁਣ ਮਹਾਰਾਜ ਕੀ ਕਹਿੰਦੇ? ਕਹਿੰਦੇ ਜਿਸ ਦਾ ਪਿੰਡ ਪ੍ਰਾਣ ਹੈ, ਜਿਸ ਦਾ
ਪਿੰਡ ਪ੍ਰਾਣ ਹੈ ਤਿਸ ਕੀ ਸਰਕਾਰ, ਉਹ ਕਿਉਂ ਮਨੋਂ ਵਿਸਾਰੀਏ ਹਰ ਰੱਖੀਏ ਹਿਰਦੇ ਤਾਰ। ਕਹਿੰਦੇ ਉਹਨੂੰ ਕਿਉਂ ਮਨ ਵਿੱਚੋਂ ਵਿਸਾਰਦੇ ਹੋ, ਉਹਨੂੰ ਆਪਦੇ ਮਨ ਵਿੱਚ, ਹਿਰਦਾ ਮਨ ਨੂੰ ਕਹਿੰਦੇ ਨੇ, ਮਨ ਵਿੱਚ ਵਿਛਾਓ। ਇਹਨੂੰ ਨਹੀਂ ਕਹਿੰਦੇ ਹਿਰਦਾ, ਇਹ ਇੱਕ ਮਸ਼ੀਨਰੀ ਹੈ। ਇਹ ਕੀ ਹੈ, ਦਿਲ ਪੰਪ ਕਰਦਾ ਹੈ, ਖੂਨ ਸਿੱਟ ਰਿਹਾ ਹੈ, ਇਹ ਨਹੀਂ ਹੈ ਹਿਰਦਾ। ਹਿਰਦਾ ਮਨ, ਮਨ ਵਿੱਚ ਵਸਣਾ ਮਾਲਕ ਨੇ, ਅਤੇ ਮਾਲਕ ਵਿੱਚ ਮਨ ਨੇ ਵਸਣਾ। ਪਿਓ ਅਤੇ ਪੁੱਤ ਨੇ ਇਕੱਠੇ ਹੋਣਾ, ਮਨ ਪੁੱਤ ਅਤੇ ਮਾਲਕ ਪਿਓ, ਪਿਓ ਪੁੱਤ ਨੇ ਇਕੱਠੇ ਹੋਣਾ, ਮਿਲਾਪ ਹੋਣਾ, ਵਿਛੋੜਾ ਹੋ ਗਿਆ। ਮਾਲਕ ਨੇ ਆਪ ਵਿਛੋੜਿਆ, ਵਿਛੋੜਿਆ, ਕਹਿੰਦਾ ਪੁੱਤ ਮੈਂ ਦੇਖਣਾ ਚਾਹੁੰਦਾ, ਮੈਂ ਖੇਡ ਦੇਖਣਾ ਚਾਹੁੰਦਾ। ਉਹ ਇੱਥੇ ਬੈਠ ਕੇ ਖੇਡ ਦੇਖ ਰਿਹਾ ਮਾਲਕ, ਅਤੇ ਉਹ ਸਾਰਿਆਂ ਨੂੰ ਮਾਲਕ ਆਪਦੀ ਨਿਗਾਹ 'ਚ ਰੱਖ ਰਿਹਾ, ਉਹਦੇ ਤੋਂ ਕੋਈ ਉਹਲਾ ਪਰਦਾ ਨਹੀਂ। ਮਹਾਰਾਜ ਕਹਿੰਦੇ ਸਭ ਨਦਰੀ ਅੰਦਰ ਰੱਖਦਾ, ਜੇਤੀ ਸਿਸ਼ਟ ਸਭ ਕੀਤੀ, ਜਿੰਨੀ ਵੀ ਸ੍ਰਿਸ਼ਟੀ ਕੀਤੀ ਹੈ ਸਾਰਿਆਂ ਨੂੰ ਨਦਰਾਂ ਦੇ ਅੰਦਰ ਰੱਖਦਾ। ਕਿੱਡਾ ਬੇਅੰਤ ਮਾਲਕ ਉਹਦੇ ਤੋਂ। ਦੇਖੋ ਪਾਣੀ ਦੇ ਵਿੱਚ ਮੱਛੀਆਂ ਸਮੁੰਦਰ ਵਿੱਚ ਨੇ, ਮਗਰਮੱਛ, ਡੱਡੂ, ਹੋਰ ਕਈ ਜੀਵ, ਉਹਨਾਂ ਨੂੰ ਉੱਥੇ ਸਾਹ ਦੇਈ ਜਾਂਦਾ, ਅਤੇ ਅਸੀਂ ਪਾਣੀ 'ਚ ਵੜਦੀਏ ਸਾਨੂੰ ਸਾਹ ਨਹੀਂ ਆਉਂਦਾ। ਕਿਆ ਖੇਲ ਆ ਮਾਲਕ, ਉਹਨੂੰ ਪਾਣੀ 'ਚੋਂ ਬਾਹਰ ਕੱਢਦੇ, ਉਹ ਮੱਛੀ ਨੂੰ ਤੜਫਣ ਲੱਗ ਜਾਂਦੀ, ਉਹਨੂੰ ਉੱਥੇ ਸਾਹ ਨਹੀਂ ਆਉਂਦਾ। ਅਤੇ ਸਾਨੂੰ ਬਾਹਰ ਸਾਹ ਆਉਂਦਾ, ਸਾਨੂੰ ਪਾਣੀ 'ਚ ਸਾਹ ਨਹੀਂ ਆਉਂਦਾ, ਡੁੱਬ ਜਾਂਦੇ। ਠੀਕ ਹੈ ਨਾ ਜੀ, ਕਿਆ ਖੇਡ ਆ, ਕਿਆ ਮਾਲਕ ਆ। ਉਹਨੂੰ ਪਿਆਰ ਕਰੋ, ਉਹਨੂੰ ਮਿਲੋ, ਉਹ ਸਾਡਾ ਮੂਲ ਆ। ਜਿਵੇਂ ਮਾਇਆ ਦਾ ਮੂਲ ਆ ਸਰੀਰ, ਅਤੇ ਸੁੱਖ ਮਾਇਆ ਦਾ ਮੂਲ ਪੌਣ ਆ। ਸੁੱਖ ਮਾਇਆ ਦਾ ਮੂਲ ਕੌਣ ਆ ਜੀ, ਪੌਣ ਆ। ਅਤੇ ਸਾਡੇ ਮਨ ਦਾ ਮੂਲ ਕੌਣ ਆ, ਸੱਚ। ਕੌਣ ਆ ਜੀ, ਪਰਮਾਤਮਾ, ਨਿਰੰਕਾਰ, ਸੱਚ, ਵਾਹਿਗੁਰੂ। ਹਾਂਜੀ, ਬੜੇ ਨਾਂ ਨੇ ਮਾਲਕ ਦੇ, ਗੋਬਿੰਦ, ਬੀਠਲ, ਵਿਦਾਤਾ, ਪ੍ਰਭੂ, ਭਗਵਾਨ, ਅੱਲਾ, ਖੁਦਾ, ਗੁਸਾਈ, ਰਾਮ ਰਾਮ, ਇਹ ਸਾਰੇ ਮਾਲਕ ਦੇ ਨਾਂ ਨੇ। ਮੈਂ ਕਲੀਅਰ ਕਰਦਾ, ਰਾਮ ਚੰਦਰ ਨੂੰ ਨਹੀਂ ਕਿਹਾ ਇੱਥੇ, ਉਹ ਤਾਂ ਸਰੀਰ 'ਚ ਆਇਆ ਸੀ। ਇੱਥੇ ਰਾਮ ਉਹਨੂੰ ਕਿਹਾ ਜਿਹੜਾ ਧਰਤੀ ਦੇ ਵਿੱਚ ਵੀ ਹੈ ਅਤੇ ਪਾਣੀ ਦੇ ਵਿੱਚ ਵੀ ਹੈ, ਉਹਨੂੰ ਕਿਹਾ। ਏਕ ਰਾਮ ਘੱਟ ਘੱਟ ਮਿਲੇ ਤਾਂ ਉਹਨੂੰ ਕਿਹਾ, ਜਿਹੜਾ ਘੱਟ ਘੱਟ ਵਿੱਚ ਹੈ। ਸਭ ਘੱਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾਂ ਕੋਈ ਬੋਲੇ। ਉਹ ਰਾਮ, ਅਕਾਲ ਪੁਰਖ ਵਾਹਿਗੁਰੂ ਜੀ ਨੂੰ ਰਾਮ ਕਿਹਾ ਗਿਆ। ਇਹ ਭੁਲੇਖੇ ਕੱਢਣੇ ਆਪਾਂ ਨਾਲ ਦੇ ਨਾਲ। ਉਹ ਮਾਲਕ ਸਵਾਸ ਦੇ ਰਿਹਾ, ਜਿਹੜਾ ਸਵਾਸ ਦੇ ਰਿਹਾ ਮਾਲਕ ਉਹ ਆ। ਅਤੇ ਜਿਹੜੇ ਆਪਾਂ ਇੱਥੇ ਸੰਸਾਰ ਦੇ ਉੱਤੇ ਹੁਣ ਤੱਕ ਆਏ ਹਾਂ, ਅਤੇ ਆ ਰਹੇ, ਪਹਿਲਾਂ ਆਏ ਹਾਂ, ਹੁਣ ਆਏ ਹਾਂ, ਅਤੇ ਅੱਗੇ ਆਉਣਾ ਹੈ, ਉਹ ਮਾਲਕ ਨਹੀਂ ਬਣ ਸਕਦੇ, ਨਿਰੰਕਾਰ ਨਹੀਂ ਬਣ, ਕਿਉਂਕਿ ਨਿਰੰਕਾਰ ਜੂਨ 'ਚ ਨਹੀਂ ਆਇਆ, ਉਹਦਾ ਬੱਚਾ ਆਇਆ ਜੂਨਾਂ 'ਚ, ਉਹਦਾ ਬੱਚਾ ਆਇਆ। ਉਹ ਬੱਚਾ ਕੌਣ ਆ, ਮਨ। ਤਾਂ ਹੀ ਮਹਾਰਾਜ ਕਹਿੰਦੇ ਮਨ ਜੀਤੇ ਜਗ ਜੀਤ, ਮਨ ਤੂੰ ਜੋਤ ਸਰੂਪ ਹੈ, ਮਨ ਹਾਲੀ ਕਿਸਾਨੀ ਕਰਨੀ, ਸਹਿਜ ਆਨੰਦ ਹੋਆ ਵਡਭਾਗੀ, ਮਨ ਹਰ ਹਰ ਮਿੱਠਾ ਲਾਇਆ, ਮਨ ਹਰ ਹਰ ਮਿੱਠਾ ਲਾਇਆ, ਮਨ ਨੂੰ ਲੱਗਣਾ ਮਿੱਠਾ। ਹੁਣ ਗੁਰਮੁਖ ਪਿਆਰਾ ਜਦੋਂ ਦੇਖਿਆ ਮਾਲਕ ਨੇ ਕਿ ਮੇਰੇ ਬੱਚੇ ਜੋ ਮੇਰੇ ਕੋਲ ਚੀਜ਼ ਆ ਉਹ ਮੰਗਦੇ ਹੀ ਨਹੀਂ, ਇਹ ਝੂਠੀ ਚੀਜ਼ ਮੰਗਦੇ ਆ, ਔਰ ਝੂਠਾ ਹੀ ਪਿਆਰ ਕਰਦੇ ਪਏ ਆ। ਇਨਸਾਨ ਇਨਸਾਨ ਨਾਲ ਪਿਆਰ ਕਰਦਾ, ਝੂਠਾ ਹੈ। ਝੂਠੀ ਦੇਖੀ ਪ੍ਰੀਤ ਜਗਤ ਮੈਂ, ਝੂਠੀ ਦੇਖੀ ਪ੍ਰੀਤ, ਇਹ ਜਗਤ ਦੀ ਪ੍ਰੀਤ ਝੂਠੀ ਹੈ। ਤੁਸੀਂ ਉਹਦੇ ਨਾਲ ਪ੍ਰੀਤ ਪਾਓ, ਮਾਲਕ ਨਾਲ, ਅਕਾਲ ਪੁਰਖ ਵਾਹਿਗੁਰੂ ਜੀ ਨਾਲ ਪ੍ਰੀਤ ਪਾਓ, ਜੋ ਸਦੀਵੀ ਹੈ। ਸਾਚੀ ਪ੍ਰੀਤ ਹਮ ਤੁਮ ਸਿਉਂ ਜੋੜੀ, ਤੁਮ ਸਿਉਂ ਜੋੜ ਅਵਰ ਸੰਗ ਤੋੜੀ, ਸਾਰਿਆਂ ਨਾਲ ਅਵਰ ਮਿੰਜ ਦੂਜਿਆਂ ਨਾਲੋਂ ਮੈਂ ਤੋੜ ਲਈ, ਤੇਰੇ ਨਾਲ ਜੋੜ ਲਈ, ਅਕਾਲ ਪੁਰਖ ਵਾਹਿਗੁਰੂ ਨਾਲ ਜੋੜ। ਕਹਿੰਦੇ ਇਸ ਤਰ੍ਹਾਂ ਜੁੜੋ ਕਿ ਜੇ ਕੋਈ ਤੋੜਨੀ ਚਾਹੇ ਉਹ ਟੁੱਟੇ ਨਾ, ਤਣੀ ਜਾਏ, ਖਿੱਚ ਪੈ ਰਿਹਾ ਹੈ ਲੇਕਿਨ ਟੁੱਟੇ। ਕਹਿੰਦੇ ਤੋਰੀ ਨਾ ਟੁੱਟੇ, ਛੋਰੀ ਨਾ ਛੁੱਟੇ, ਐਸੀ ਮਾਧੋ ਖਿੱਚ ਤਣੀ, ਜਿਵੇਂ ਪੂਣੀ ਦੀ ਪੂਣੀ ਕਰਕੇ ਪੱਗ ਨੂੰ ਨਹੀਂ ਖਿੱਚਦੇ ਹਨ, ਸਾਰਾ ਵਲ ਕੱਢ ਦਿੰਦੇ ਆਪਣੇ ਸਾਰੇ। ਕਹਿੰਦੇ ਇਸ ਤਰ੍ਹਾਂ ਪ੍ਰੀਤ ਕਰੋ ਮਾਲਕ ਨਾਲ। ਹੁਣ ਗੁਰਮੁਖ ਪਿਆਰੇ ਮਾਲਕ ਕਹਿਣ ਲੱਗਿਆ, ਪੁੱਤ ਕਹਿੰਦਾ ਤੁਸੀਂ ਪ੍ਰੀਤ ਮੇਰੇ ਨਾਲ ਕੀ ਕਰਨੇ ਸੀ, ਤੁਸੀਂ ਤਾਂ ਮੰਗਦੇ ਹੀ ਝੂਠ ਜੇ। ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ, ਕੂੜ ਮੰਡਪ, ਕੂੜ ਮਾੜੀ, ਕੂੜ ਬੈਸਨ ਹਾਰ, ਕੂੜ ਸੋਨਾ, ਕੂੜ ਰੂਪਾ,
ਕੂੜ ਰੂਪ ਅਪਾਰ, ਕੂੜ ਕਾਇਆ, ਕੂੜ ਕੱਪੜ, ਕੂੜ ਪਹਿਨਣ ਹਾਰ। ਫਿਰ ਕੀ ਕਹਿੰਦੇ, ਕੂੜ ਮੀਆਂ, ਕੂੜ ਬੀਵੀ, ਪਤੀ ਪਤਨੀ, ਇਹ ਵੀ ਕੂੜ ਨੇ ਜੇ ਬਾਹਰੀ ਤੌਰ 'ਤੇ ਆਪਾਂ ਜੁੜੇ ਹਾਂ। ਕੂੜ ਮੀਆਂ, ਕੂੜ ਬੀਵੀ, ਖੱਪ ਹੋਏ ਖਾਰ। ਕਹਿੰਦੇ ਕੂੜ ਕੂੜੇ ਨੇਹੋਂ ਲੱਗਾ, ਵਿਸਰਿਆ ਕਰਤਾਰ। ਕਹਿੰਦੇ ਕੂੜ ਦਾ ਕੂੜ ਨਾਲ ਪਿਆਰ ਪਿਆ, ਨੇਹੋਂ ਮਿਲ ਗਈ ਪਿਆਰ। ਜਿਵੇਂ ਹੁਣ ਮੰਨ ਲਓ ਮੈਨੂੰ ਮੇਰਾ ਪ੍ਰੈਕਟੀਕਲ ਨਾ ਹੋਵੇ, ਮੈਂ ਸੱਚ ਨੂੰ ਨਾ ਪਛਾਣਾ, ਮੇਰਾ ਮਿਲਾਪ ਨਾ ਹੋਵੇ, ਨਾ ਮੈਨੂੰ ਆਵਾਜ਼ ਸੁਣੇ ਮਾਲਕ ਦੀ, ਅਤੇ ਮੈਂ ਦ੍ਰਿਸ਼ਮਾਨ, ਬਹੁਗਿਣਤੀ ਲੋਕ ਐਂ ਕਰਦੇ ਨਾ, ਦੁਨਿਆਵੀ ਪਿਆਰ ਰੱਖਦੇ ਆ, ਤਾਂ ਮੇਰਾ ਪਿਆਰ ਜਿਹਦੇ ਨਾਲ ਵੀ ਹੋਏਗਾ ਝੂਠਾ ਹੋਏਗਾ, ਜਿਹਦੇ ਨਾਲ ਵੀ ਹੋਏਗਾ ਝੂਠਾ ਹੋਏਗਾ। ਕਿਉਂਕਿ ਝੂਠ ਦਾ ਝੂਠ ਨਾਲ ਪਿਆਰ ਹੈ, ਕੂੜ ਕੂੜੇ ਨਹੀਂ ਹੋਣ ਲੱਗਾ, ਕਿਉਂਕਿ ਜਦੋਂ ਸੱਚ ਦਾ ਭੇਦ ਆ ਗਿਆ ਫਿਰ ਉਹਦੇ ਨਾਲ ਪਿਆਰ ਸੱਚਾ ਪਏਗਾ। ਕੂੜ ਕੂੜੇ ਨਹੀਂ ਹੋਣ ਲੱਗਾ, ਵਿਸਰਿਆ ਕਰਤਾਰ, ਕਿਸ ਨਾਲ ਕੀਜਿਆ ਦੋਸਤੀ, ਸਭ ਜੱਗ ਚੱਲਣ ਹਾਰ। ਕਹਿੰਦੇ ਇੱਥੇ ਕਹਿੰਦੇ ਨਾ ਦੋਸਤੀ ਪਾਉਂਦੇ ਹੋ, ਸਾਰਾ ਜੱਗ ਚੱਲਣ ਹਾਰ। ਫਿਰ ਕਹਿੰਦੇ ਕੂੜ ਮਿੱਠਾ, ਕੂੜ ਮਾਖਿਓਂ, ਕੂੜ ਡੋਬੇ ਪੂਰ। ਕਹਿੰਦੇ ਕੂੜ ਨਾਲ ਪਿਆਰ ਹੋਣ ਕਰਕੇ ਇਹ ਪੂਰ ਡੁੱਬ ਜਾਏਗਾ। ਪੂਰ ਕੀ ਹੈ ਜੀ, ਜਿਵੇਂ ਜਲੇਬੀਆਂ ਕੱਢਦਾ ਹੈ ਹਲਵਾਈ, ਅਤੇ ਉਹਨੂੰ ਆਪਾਂ ਕਹਿੰਦੇ ਜੀ ਸੰਗਤ ਜ਼ਿਆਦਾ ਆ ਗਈ, ਫਟਾਫਟ ਦੋ ਚਾਰ ਪੂਰ ਛੇਤੀ ਕੱਢ ਦਿਓ, ਉਹ ਭਰਾ ਕਰਕੇ ਨਾ ਤਲ ਕੇ ਅਤੇ ਉਹ ਚਾਸਣੀ 'ਚ ਪਾ ਦਿੰਦਾ, ਫਿਰ ਪੂਰ ਕੱਢਦਾ। ਚਾਸਣੀ ਜਦੋਂ ਪਾਉਂਦਾ ਉਹ ਪੂਰ ਨਿਕਲ ਕੇ ਚਾਸਣੀ ਚਲਾ ਜਾਂਦਾ। ਇਸੇ ਤਰ੍ਹਾਂ ਇਹ ਮਨੁੱਖ ਜਾਮਾ, ਇਹ ਪੂਰ ਆ। ਜੇ ਤੁਸੀਂ ਕੂੜ ਨਾਲ ਪਿਆਰ ਰਿਹਾ ਤਾਂ ਡੁੱਬ ਜਾਏਗਾ ਪੂਰ, ਜੇ ਕੂੜ ਨਾਲ ਪਿਆਰ ਰਿਹਾ ਇਹ ਪੂਰ ਡੁੱਬ ਜਾਏਗਾ, ਮਨੁੱਖ ਜਾਮਾ ਹੱਥੋਂ ਨਿਕਲ ਜਾਏਗਾ, ਮੌਕਾ ਹੱਥੋਂ ਨਿਕਲ ਜਾਏਗਾ, ਵਾਰੀ ਹੱਥੋਂ ਨਿਕਲ ਜਾਏਗੀ। ਅਤੇ ਹੁਣ ਜਿਹਨੂੰ ਚਾਂਸ ਮਿਲਿਆ ਹੋਵੇ ਉਹ ਚਾਂਸ ਹੱਥੋਂ ਜਾਣ ਦਿੰਦਾ, ਜਿਹਨੂੰ ਗਿਆਨ ਹੋਵੇ ਕਦੀ ਨਹੀਂ ਜਾਣ ਦਿੰਦਾ। ਹੁਣ ਗਿਆਨ ਨਹੀਂ ਕਰਕੇ ਆ ਇਹ ਹੱਥੋਂ ਨਿਕਲ ਗਿਆ। ਕਹਿੰਦੇ ਕੂੜ ਮਿੱਠਾ, ਕੂੜ ਮਾਖਿਓ, ਕੂੜ ਡੋਬੇ ਪੂਰ, ਨਾਨਕ ਵਖਾਣੇ ਬੇਨਤੀ, ਤੁੱਤ ਬਾਜੋਂ ਕੂੜੋ ਕੂੜ, ਸੱਚੇ ਪਾਤਸ਼ਾਹ ਤੇਰੇ ਬਾਜੋਂ ਸਭ ਕੂੜ ਹੀ ਕੂੜ। ਫਿਰ ਅਸੀਂ ਉਹਨੂੰ ਪਿਆਰ ਕਰੀਏ ਜੋ ਸਦੀਵੀ ਸੱਚ ਹੈ, ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਜੋ ਸਦੀਵੀ ਸੱਚ ਹੈ ਉਹ ਸਾਡਾ ਮੂਲ ਹੈ, ਉਹ ਸਾਡੇ ਮਨ ਦਾ ਮੂਲ ਹੈ। ਜਿੰਨੀ ਦੇਰ ਅਸੀਂ ਮੂਲ ਵਿੱਚ ਨਹੀਂ ਸਮਾਵਾਂਗੇ, ਜਾ ਕੇ ਨਾਮ ਵਿੱਚ ਸਮਾ ਕੇ ਮੂਲ ਦੇ ਸਨਮੁੱਖ ਨਹੀਂ ਹੋਵਾਂਗੇ, ਓਨੀ ਦੇਰ ਸਾਡੇ ਮਨ ਨੂੰ ਜੂਨਾ ਚਾਹੁੰਣਾ ਹੀ ਪਏਗਾ। ਓਨੀ ਦੇਰ ਘੁੰਮਣ ਘੇਰੀ ਦੇ ਵਿੱਚ, ਇਹ ਘੁੰਮਣ ਘੇਰੀ ਹੈ 84 ਲੱਖ ਜੂਨ ਦੀ, ਇਹ ਘੁੰਮਣ ਘੇਰੀ ਵਿੱਚ ਮਨ ਫਸੇਗਾ ਹੀ ਫਸੇਗਾ ਆ ਕੇ। ਮਹਾਰਾਜ ਕਹਿੰਦੇ ਤ੍ਰੈਗੁਣ ਮਾਇਆ ਬ੍ਰਹਮ ਕੀ ਕੀਨੀ, ਤ੍ਰੈਗੁਣ ਮਾਇਆ ਬ੍ਰਹਮ ਕੀ ਕੀਨੀ, ਕਹੋ ਕਵਣ ਬਿਦ ਤਰੀਏ ਰੇ। ਘੁੰਮਣ ਘੇਰ, ਘੁੰਮਣ ਘੇਰੀ ਉੱਥੇ ਹੁੰਦੀ ਜਿੱਥੇ ਪਾਣੀ ਡੂੰਘੇ ਥਾਂ 'ਤੇ ਜਦੋਂ ਜ਼ਿਆਦਾ ਹੁੰਦਾ ਅਤੇ ਡੂੰਘੇ ਥਾਂ 'ਤੇ ਜਾਂਦਾ, ਉਹ ਇਸ ਤਰ੍ਹਾਂ ਗੋਲ ਬਣ ਜਾਂਦਾ, ਝੇਲਾ ਜਿਹਾ ਬਣ ਜਾਂਦਾ। ਘੁੰਮਣ ਘੇਰ ਅਗਾਹ ਗਾਖਰੀ, ਗੁਰ ਸ਼ਬਦੀ ਪਾਰ ਉਤਰੀਏ ਰੇ। ਕਹਿੰਦੇ ਗੁਰੂ ਦੇ ਸ਼ਬਦ ਰਾਹੀਂ ਪਾਰ ਉਤਰ ਸਕਦੇ ਹੋ, ਘੁੰਮਣ ਘੇਰੀ 'ਚੋਂ ਬਾਹਰ ਨਿਕਲ ਸਕਦੇ ਹੋ। ਭਵਜਲ ਬਿਖਮਸ ਗਾ ਗੁਰ ਸ਼ਬਦੀ ਪਾਰ ਪਾਏ, ਗੁਰੂ ਦੇ ਸ਼ਬਦ ਦੁਆਰਾ ਪਾਰ ਉੱਠ ਸਕਦੇ ਹਾਂ। ਕਿਵੇਂ, ਜਿਵੇਂ ਉਹ ਦਰਿਆ ਦੇ ਵਿੱਚ, ਸਮੁੰਦਰ ਦੇ ਵਿੱਚ ਕਿਸ਼ਤੀ ਦੇ ਵਿੱਚ ਉਹ ਆਦਮੀ ਬੈਠਾ ਹੁੰਦਾ, ਉਹ ਚੱਪੂ ਮਾਰਦਾ, ਕੀ ਮਾਰਦਾ, ਚੱਪੂ ਮਾਰਦਾ ਜਾਂਦਾ, ਉਹ ਪਾਣੀ ਪਿੱਛੇ ਹਟਦਾ ਜਾਂਦਾ, ਉਹ ਕਿਸ਼ਤੀ ਅੱਗੇ ਨੂੰ ਰਿੜਦੀ ਜਾਂਦੀ। ਇਸੇ ਤਰ੍ਹਾਂ ਹੁਣ ਆਪਾਂ ਸਾਰਿਆਂ ਨੇ ਚੱਪੂ ਮਾਰਨਾ ਵੀ ਅਸੀਂ ਭਾਵ ਸਾਗਰ ਵਿੱਚੋਂ ਪਾਰ ਹੋ ਜਾਈਏ, ਘੁੰਮਣ ਘੇਰੀ 'ਚੋਂ ਬਾਹਰ ਨਿਕਲ ਜਾਈਏ, 84 ਲੱਖ ਜੂਨ 'ਚੋਂ ਬਾਹਰ ਨਿਕਲੀਏ, ਅਮਰ ਹੋ ਜਾਈਏ, ਸੱਚ ਵਿੱਚ ਸਮਾ ਜਾਈਏ, ਮੂਲ 'ਚ ਸਮਾ ਜਾਈਏ। ਫਿਰ ਚੱਪੂ ਮਾਰਨਾ ਪਏਗਾ। ਕਿਵੇਂ ਮਾਰਨਾ ਪਏਗਾ, ਵਾਹ ਗੁਰੂ, ਪਾਣੀ ਪਿੱਛੇ ਧੱਕਦੇ ਨਾ, ਉਹ ਤਾਂ ਵੈਸੇ ਦੱਸ ਰਹੇ ਤੁਹਾਨੂੰ ਉਦਾਹਰਨ, ਅਤੇ ਇਸ਼ਾਰਾ ਕਰਦੇ ਹਾਂ ਵੈਸੇ, ਵਾਹ ਗੁਰੂ, ਵਾਹ ਗੁਰੂ। ਇਹ ਆਪਾਂ ਚੱਪੂ ਮਾਰਦੇ ਪਿਆ ਵੀ ਅਸੀਂ ਕਿਨਾਰੇ 'ਤੇ ਲੱਗ ਜਾਈਏ, ਅਸੀਂ ਡੁੱਬਣ ਤੋਂ ਬਚ ਜਾਈਏ, ਜੂਨਾਂ 'ਚ ਨਾ ਪੈ ਜਾਈਏ ਦੁਬਾਰਾ ਫਿਰ, ਅਤੇ ਕਿਨਾਰੇ 'ਤੇ ਲੱਗ ਜਾਈਏ। ਅਤੇ ਆਓ ਫਿਰ ਆਪਾਂ ਕਿਨਾਰੇ 'ਤੇ ਲੱਗਣ ਵਾਸਤੇ, ਇਹ ਖੇਡ ਨੂੰ ਜਿੱਤਣ ਵਾਸਤੇ, ਮੂਲ ਵਿੱਚ ਸਮਾਉਣ ਵਾਸਤੇ ਸਿਮਰਨ ਕਰੀਏ। ਵਿਧੀ ਤੁਸੀਂ ਸਾਰੇ ਸਮਝੇ ਹੋਏ ਹੋ, ਕਦੇ ਵੀ ਕਾਹਲੇ ਪੈ ਕੇ ਜਾਂ ਖੜਵਾ ਜਿਹਾ ਨਹੀਂ ਬੋਲਣਾ, ਬੜੇ ਰਿਸਪੈਕਟ ਨਾਲ, ਬੜੇ ਅਦਬ ਨਾਲ ਬੋਲਣਾ ਹੈ। ਕਿਵੇਂ ਬੋਲਣਾ ਹੈ, ਵਾਹ ਗੁਰੂ, ਵਾਹ ਗੁਰੂ। ਹਾਂਜੀ, ਸਾਰੇ ਨੇਤਰ ਬੰਦ ਕਰ ਲਓ, ਨੇਤਰ ਬੰਦ ਕਰਕੇ ਤੁਹਾਨੂੰ ਪਤਾ ਹੀ ਹੈ ਕਿੱਥੇ ਦੇਖਣਾ, ਸਾਹਮਣੇ, ਉੱਥੇ ਦੇਖੋ, ਫਿਰ ਕਰੋ ਸ਼ੁਰੂ।
ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ।